ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 3 ਪਿਸਤੌਲਾਂ ਅਤੇ 1 ਕਿਲੋ ਅਫੀਮ ਬਰਾਮਦ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਬੰਬੀਹਾ ਗੈਂਗ ਦੇ ਦੋ ਖੌਫਨਾਕ ਗੈਂਗਸਟਰ ਆਪਣੇ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਸ਼ਹਿਰ ਵਿੱਚ ਸਰਗਰਮ ਸਨ। ਉਹਨਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਅਨਿਲ ਕੁਮਾਰ ਉਰਫ ਰੌਕੀ ਪੁੱਤਰ ਧਰਮਚੰਦ ਵਾਸੀ ਮਕਾਨ ਨੰਬਰ 1046 ਲੇਨ ਨੰਬਰ 8 ਕਬੀਰ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ 1 .32 ਬੋਰ ਦਾ ਪਿਸਤੌਲ, 1 ਮੈਗਜ਼ੀਨ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਰੌਕੀ ਖਿਲਾਫ਼ 20 ਤੋਂ ਵੱਧ ਕੇਸ ਪੈਂਡਿੰਗ ਹਨ ਅਤੇ ਉਹ ਸੂਬੇ ਭਰ ਵਿੱਚ 8 ਸਾਲਾਂ ਤੋਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਰਿਹਾ ਹੈ। ਦੋ ਏਡੀਸੀਪੀ ਇਨਵੈਸਟੀਗੇਸ਼ਨ ਤੇ ਏਸੀਪੀ ਇਨਵੈਸਟੀਗੇਸ਼ਨ ਸਪੈਸ਼ਲ ਸੈੱਲ ਦੀ ਟੀਮ ਜਿਹੜੀ ਹੈ ਇਹਨਾਂ ਦੇ ਪਿੱਛੇ ਪਿਛਲੇ ਆਲਮੋਸਟ 1 ਮਹੀਨੇ ਤੋਂ ਲੱਗੀ ਹੋਈ ਸੀ। ਅਨਿਲ ਉਰਫ ਰੌਕੀ ਇੱਕ ਵਿਅਕਤੀ ਹੈ ਜਿਹਨੂੰ ਗ੍ਰਿਫਤਾਰ ਕੀਤਾ। ਦੂਜਾ ਹੈ ਮੁਕੇਸ਼ ਉਰਫ ਮੁੰਨਾ। ਮੁੰਨੇ ਦੇ 4 ਪਰਚੇ ਦਰਜ ਹੈ, 1 ਪਰਚੇ ਤੇ POV ਹੈ ਪਿੰਡੀ ਦੇ ਵੀ, ਤੇ ਰੌਕੀ ਤੇ 21 FIR ਦਰਜ ਹੈ। ਸ਼ਹਿਰ ਚ ਕਾਫੀ ਨੇ ਦਹਿਸ਼ਤ ਫੈਲਾਈ ਸੀ। 9 ਵਾਰੀ ਜੇਲ੍ਹ ਗਿਆ ਹੈ, 8 ਵਾਰ ਜੇਲ੍ਹ ਗਿਆ ਹੈ, 9 ਸਾਲ ਜੇਲ੍ਹ ਕੱਟ ਕੇ ਆਇਆ। ਮੁੰਨਾ ਵੀ ਕਾਫੀ ਵਾਰ ਜੇਲ੍ਹ ਤੋਂ ਅੰਦਰ ਬਾਹਰ ਹੁੰਦਾ ਰਿਹਾ। ਬੰਬੀਹਾ ਗਰੁੱਪ ਨਾਲ ਐਫੀਲੇਟਡ ਸੀਗੇ, ਜਿਹੜਾ ਸੰਦੀਪ ਨੰਗਲ ਅੰਬੀਆਂ ਦੇ ਮੇਨ ਐਜੰਟ ਹੈ ਪੁਨੀਤ ਲੱਲੇ, ਉਹਨਾਂ ਦੇ ਵੀ ਐਸੋਸੀਏਟ ਸੀ। ਅਤੇ ਬੇਸਿਕਲੀ ਸ਼ਹਿਰ 'ਚ ਅਤੇ ਜਲੰਧਰ ਦੇ ਆਲੇ ਦੁਆਲੇ ਵਾਲੇ ਜ਼ਿਲ੍ਹਿਆਂ 'ਚ ਐਕਸਟੋਰਸ਼ਨ ਕਰਦੇ ਸੀ। ਹੁਣ ਤੱਕ ਦੀ ਇਨਵੈਸਟੀਗੇਸ਼ਨ ਅਤੇ ਇੰਟਰੋਗੇਸ਼ਨ 'ਚ ਇਹ ਆਇਆ ਹੈ ਕਿ ਔਨ ਰਿਕਾਰਡ ਨਹੀਂ ਹੈ ਪੁਲਿਸ ਨੇ ਕਿ ਛੋਟੀ ਮੋਟੀ 50,000 ਲੱਖ, 1.5 ਲੱਖ, 2 ਲੱਖ ਦੀਆਂ ਨੇ ਪਿਛਲੇ 1 ਸਾਲ ਤੋਂ ਕਾਫੀ ਐਕਸਟੋਰਸ਼ਨ ਕੀਤੀ, ਕੋਈ ਪੈਟਰੋਲ ਪੰਪ ਵਾਲੇ ਤੋਂ, ਕੋਈ ਆੜਤੀ ਤੋਂ, ਜੇ ਕੋਈ ਸਿਨੇਮਾ ਵਾਲਾ ਹੋ, ਕੋਈ ਮਲਟੀਪਲੈਕਸ ਵਾਲਾ ਹੋ, ਇਹਨਾਂ ਦਾ ਟੈਕਸੀ ਸਟੈਂਡ ਹੋ ਗਏ, ਬੱਸ ਅੱਡੇ ਹੋ ਗਏ, ਢਾਬੇ ਵਾਲੇ ਹੋ ਗਏ, ਅਤੇ ਪਰਚੇ ਨਾਤੇ ਦਰਜ ਜਿਹੜੇ ਹੈ ਉਹ ਐਕਸਟੋਰਸ਼ਨ ਦੇ ਹੈ। ਆਮ ਸੈਕਟ ਹੈ 307 ਦੇ 6 ਪਰਚੇ ਹੈ, 302 ਦੇ ਮਰਡਰ ਦਾ ਵੀ ਪਰਚਾ ਹੈਗਾ, ਅਤੇ ਬੰਬੀਹਾ ਗੈਂਗ ਦੇ ਨਾਲ ਫਿਰੌਤੀ ਜਿਹੜੀ ਹੈ ਉਹਨਾਂ ਦਾ ਨਾਂ ਵਰਤਦੇ ਸੀ, ਉਹਨਾਂ ਦੇ ਨਾਲ ਐਸੋਸੀਏਟਡ ਸੀਗੇ। ਜਿਹੜੀ ਫਰੌਤੀ ਹੈ ਉਹ ਵਰਤੇ ਤਾਂ ਆਪਣੇ ਲਈ ਐਸੋਸੀਏਟਡ, ਮਤਲਬ ਕਿ ਉਹਨਾਂ ਦੇ ਆਰਡਰ ਦੇ ਉੱਤੇ ਨਹੀਂ ਆਪਾਂ ਤੇ ਆਪਣੇ ਆਪਣੇ ਨਾਮ ਉਹਨਾਂ ਯੂਜ਼ ਕਰਦੇ ਸੀ, ਨਾਮ ਇਸ ਲਈ ਯੂਜ਼ ਕਰਦੇ ਕਿ ਉਹਨਾਂ ਦੇ ਨਾਲ ਐਸੋਸੀਏਟਡ ਹੈ। ਇਹ 100% ਸ਼ੋਰ ਹੈ ਕਿ ਬੰਬੀਹਾ ਗੈਂਗ ਦੇ ਨਾਲ ਹੀ ਨੇ ਕਿ ਉਹਨਾਂ ਨਾਮ ਯੂਜ਼ ਕਰਦੇ ਨਹੀਂ, ਬਿਲਕੁਲ ਨਾਲ ਹੀ ਸੇਮ ਗਰੁੱਪ ਹੈ। ਸਰ ਕਿੱਥੋਂ ਦਾ ਕਹਿੰਦੇ ਸੀ ਇਹ ਹਥਿਆਰ? ਹੁਣ ਤੱਕ ਤਾਂ MP ਤੋਂ ਉਹਨਾਂ ਨੇ ਜਿਹੜਾ ਇਨਟੇਕ ਹੈ ਉਹ MP ਦਾ, 3 ਹਥਿਆਰ 32 ਬੋਰ ਦੇ 3 ਵੈਪਨ ਬਰਾਮਦ ਹੋਏ, ਕੰਟਰੀ ਮੇਡ ਹੈ, 300 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ, ਤੇ 1 ਕਿਲੋ ਅਫੀਮ ਲੈ ਕੇ ਆਉਂਦੇ ਸੀ। ਇਹ ਪਿਸਟਲ ਦੀ ਇਹਨਾਂ ਨੂੰ ਕੁਝ ਨਹੀਂ ਹੋ ਗਿਆ, ਦਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ। ਫਿਲਹਾਲ ਇਹ ਰੀਜਨ ਦੀ ਜਗ੍ਹਾ ਹਾਂਜੀ ਕੈਪਟਿਵ ਕਰੇ ਐਕਟਿਵ ਨਵਾਂ ਸ਼ਹਿਰ
ਫਿਲੌਰ, ਫਗਵਾੜਾ, ਜਲੰਧਰ, ਜਲੰਧਰ ਰੂਰਲ ਵੀ ਕਰ ਲਓ, ਕੁਛ ਪਾਰਟਸ ਆਫ ਹੁਸ਼ਿਆਰਪੁਰ, ਕਾਫੀ ਵਾਰ ਲੱਗਾ ਉਹ ਤੁਹਾਨੂੰ ਇਨਕਮਿੰਗ ਦੇ ਸਕਦਾ ਨਹੀਂ ਹੁਣ ਤੱਕ ਤਾਂ ਸਾਥੀ ਹੈ ਤਿੰਨ ਚਾਰ ਲੱਖ ਦੋ ਲੱਖ ਤੋਂ ਵੱਧ ਕਿੱਥੇ ਕੋਲ ਨਹੀਂ ਹੁਣ ਤੱਕ ਤਾਂ ਇਹ ਲੱਖ ਦੋ ਲੱਖ ਪੰਜ ਲੱਖ ਵੀ ਹੋ ਸਕਦਾ ਬਟ ਇਹ ਐਕਟਿਵਲੀ ਇਨਵੋਲਵ ਸੀ ਕੋਈ ਕੰਪਲੇਂਟ ਪੰਜ ਲੱਖ ਵਾਲੀ ਨਹੀਂ ਹੈ ਸਾਡੇ ਕੋਲ ਲੱਖ ਦੋ ਲੱਖ ਵਾਲੀ ਸਾਰੀ ਕੰਪਲੇਂਟ ਨਹੀਂ ਕੰਪਲੇਂਟ ਵੀ ਨਹੀਂ ਮੈਂ ਉਹੀ ਕਹਿ ਰਿਹਾ ਔਨ ਰਿਕਾਰਡ ਨਹੀਂ ਹੈ ਸੈਪਰੇਟ ਇਸ਼ੂ ਸੀ ਮਰਡਰ ਜਿਹੜਾ ਹੋਇਆ ਉਹ ਤਾਂ ਪੁਰਾਣੀ ਰਾਈਵਲਰੀ ਸੀ ਜਿਸ ਕਰਕੇ ਇਹ ਦੋਨੋਂ ਸਾਥੀ ਨੇ ਆਪਸ ਦੇ ਵਿੱਚ ਜੀ ਜੀ ਇਹਨਾਂ ਦਾ ਕੋਈ ਹੋਰ ਵੀ ਗੈਂਗ ਹੈਗਾ ਜਾਂ ਦੋ ਤਿੰਨ ਚਾਰ ਹੋਰ ਬੰਦੇ ਹੈ ਤਿੰਨ ਚਾਰ ਹੋਰ ਹੈਗੇ ਆ ਜਿਹੜੇ ਹੈਕਰ ਸਰ ਜਿਹੜੇ ਰੱਖੀ ਹੋ ਚੁੱਕੀ ਸੀ ਜੋ ਵੀ ਜਲੰਧਰ ਦੇ ਸੀ ਇਹਦੇ ਨਾਲ ਮਰਡਰ ਕਰਨਾ ਸੀ ਇੱਕ ਜਲੰਧਰ ਦਾ ਇੱਕ ਬਾਰ ਰੈਗੂਲਰ ਪੁਲਿਸ ਜਿਹੜੀ ਪੰਜਾਬ ਪੁਲਿਸ ਹੈ ਸਲਮਾਨ ਵਾਲਾ ਤਾਂ ਥੋੜਾ ਕਲੀਅਰ ਕਰ ਦਿਓ ਜੇ ਸਲਮਾਨ ਵਾਲਾ ਚੱਲ ਰਿਹਾ ਮਿਲ ਜਾ ਕਿ ਉਹ ਮੁੰਡਾ ਜਲੰਧਰ ਦਾ ਰਹਿਣ ਵਾਲਾ ਸੀਗਾ ਇਹਦੇ ਪਕੜੇ ਮੁੰਬਈ ਪੁਲਿਸ ਨੇ ਕੋਈ ਸੰਪਰਕ ਕੀਤਾ ਹਾਲੇ ਕੋਈ ਸੰਪਰਕ ਨਹੀਂ ਕੀਤਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।